इस स्थान का नाम है जी गुरुद्वारा दमदमा साहिब। ये जी पहला गेट बनया हुआ। ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਆਏ ਹੋਏ ਹਾਂ ਜੀ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਵਿਖੇ ਜੀ। ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਆ ਤਾਂ ਸਾਸਾ ਨਦੀ ਦੇ ਉੱਤੇ ਪਾਤਸ਼ਾਹ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ, ਵਿਛੜ ਗਿਆ ਸੀ। ਉਹ ਇਤਿਹਾਸ ਸਾਰਿਆਂ ਨੂੰ ਪਤਾ ਆ ਜੀ। ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਆ ਅਤੇ ਇਸ ਚਮਕੌਰ ਸਾਹਿਬ ਦੀ ਧਰਤੀ ਉੱਤੇ ਆਏ ਨੇ ਪਾਤਸ਼ਾਹ, ਤਾਂ ਇਸ ਸਥਾਨ ਦੇ ਉੱਤੇ ਪਾਤਸ਼ਾਹ ਨੇ ਪਹਿਲਾਂ ਡੇਰੇ ਲਾਏ ਸੀਗੇ ਜੀ। ਪਾਤਸ਼ਾਹ ਇਸ ਸਥਾਨ ਦੇ ਉੱਤੇ ਬੈਠੇ ਸੀ, ਉਦੋਂ ਇਹ ਇੱਕ ਬਾਗ ਹੁੰਦਾ ਸੀ। ਉਰੋਂ ਪਾਤਸ਼ਾਹ ਨੇ ਰਾਏ ਜਗਤ ਸਿੰਘ ਨੂੰ, ਜਿਹਦੀ ਗੜੀ ਸੀਗੀ ਜੀ ਕੱਚੀ ਉੱਤੇ ਬਣੀ ਹੋਈ, ਉਤੋਂ ਆਗਿਆ ਲੈਣ ਲਈ ਅੰਦਰ ਬੈਠਣ ਲਈ ਕੁਝ ਦਿਨ ਲਈ ਸਿੰਘਾਂ ਨੂੰ ਭੇਜਿਆ ਸੀਗਾ ਜੀ। ਆਪਾਂ ਇਸ ਸਥਾਨ ਦੇ ਦਰਸ਼ਨ ਕਰਾਂਗੇ ਜੀ, ਇਸ ਤੋਂ ਬਾਅਦ ਕੱਚੀ ਗੜੀ ਚਮਕੌਰ ਸਾਹਿਬ ਦੀ ਉਹਦੇ ਦਰਸ਼ਨ ਕਰਾਂਗੇ, ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਦਰਸ਼ਨ ਕਰਾਂਗੇ। ਅਤੇ ਪਾਤਸ਼ਾਹ ਨੇ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਆ ਜੀ, ਤਾੜੀ ਮਾਰ ਕੇ ਗੁਰਦੁਆਰਾ ਤਾੜੀ ਸਾਹਿਬ ਤੋਂ ਗਏ ਨੇ ਪਾਤਸ਼ਾਹ। ਸਾਬੋ ਗਈ ਤਲਵੰਡੀ ਅੱਲੀ ਨੂੰ, ਫਿਰ ਹਜ਼ੂਰ ਸਾਹਿਬ ਨੂੰ ਮਹਾਰਾਜ ਗਏ ਨੇ। ਜਿਵੇਂ ਜਿਵੇਂ ਪਾਤਸ਼ਾਹ ਗਏ ਨੇ, ਗੁਰਦੁਆਰਾ ਸਾਹਿਬ ਅੱਜ ਕੱਲ੍ਹ ਬਣੇ ਹੋਏ ਨੇ ਉੱਥੇ ਜੀ, ਆਪਾਂ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਾਂਗੇ ਜੀ। ਆਪਾਂ ਵੀ ਉਵੇਂ ਉਵੇਂ ਚੱਲਦੇ ਜਾਵਾਂਗੇ ਜੀ। ਜਣੀ ਜਿਹੜੀ ਇਹ ਸਾਡੀ ਸੀਰੀਜ਼ ਆ ਪੂਰੀ ਜੀ, ਆਪਾਂ ਚਮਕੌਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਕਰਾਂਗੇ ਜੀ, ਅਤੇ ਹਜ਼ੂਰ ਸਾਹਿਬ ਜਾ ਕੇ ਇਹਨੂੰ ਖਤਮ ਕਰਾਂਗੇ ਜੀ। ਬਣੇ ਰਹੋ ਸਾਡੇ ਨਾਲ। ਇਹਦੇ ਵਿੱਚ ਜਿੰਨੇ ਵੀ ਬਲੌਗ ਬਣਦੇ ਨੇ ਤੁਸੀਂ ਸਾਰੇ ਸਾਡੇ ਜ਼ਰੂਰ ਦੇਖਿਓ ਜੀ। ਆਪਾਂ ਪਾਤਸ਼ਾਹ ਨੂੰ ਹਾਜ਼ਰੀ ਉਹ ਲਵਾਉਣੀ ਆ ਜੀ ਇਹਨਾਂ ਬਲੌਗ ਦੇ ਜ਼ਰੀਏ ਜੀ, ਇਹਨਾਂ ਵੀਡੀਓ ਦੇ ਮਾਧਿਅਮ ਰਾਹੀਂ ਜੀ। ਆ ਜਾਓ ਆਪਾਂ ਇਸ ਸਥਾਨ ਦੇ ਹੁਣ ਦਰਸ਼ਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਉਸ ਜਗ੍ਹਾ ਦੇ ਉੱਤੇ ਜੀ, ਜਦੋਂ ਪਾਤਸ਼ਾਹ ਆਏ ਸੀ ਇਸ ਸਥਾਨ ਦੇ ਉੱਤੇ, ਉਦੋਂ ਇਹ ਪੂਰਾ ਇੱਕ ਜੰਗਲ ਟੈਪ ਬਾਗ ਹੁੰਦਾ ਸੀਗਾ ਜੀ। ਇਹ ਆ ਇਤਿਹਾਸ ਗੁਰਦੁਆਰਾ ਸਾਹਿਬ ਦਾ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਆ ਜਾਓ ਆਪਾਂ ਚੱਲਦੇ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਜਗ੍ਹਾ ਦੇ ਉੱਤੇ ਉਤਾਰੇ ਕੀਤੇ। ਪਾਤਸ਼ਾਹ ਨੇ ਪੰਜ ਸਿੰਘ ਰਾਏ ਜਗਤ ਸਿੰਘ ਕੋਲ ਭੇਜੇ ਵੀ ਸਾਨੂੰ ਨਾ ਇਜਾਜ਼ਤ ਚਾਹੀਦੀ ਆ ਵੀ ਕੱਚੀ ਗੜੀ ਦੇ ਵਿੱਚ ਬੈਠਣਾ ਸੀ। ਪਰ ਰਾਏ ਜਗਤ ਸਿੰਘ ਸੀ ਜਿਹੜਾ, ਉਹ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਮੁਗਲਾਂ ਤੋਂ, ਉਹ ਮੰਨਿਆ ਨਹੀਂ। ਫਿਰ ਸਿੰਘਾਂ ਨੇ ਉਹਦੇ ਭਰਾ ਰੂਪਚੰਦ ਨਾਲ ਗੱਲ ਕੀਤੀ ਵੀ ਸਾਨੂੰ ਹਵੇਲੀ ਤੇਰੀ ਚਾਹੀਦੀ ਆ ਗੜੀ, ਵੀ ਅਸੀਂ ਉਹਦੇ ਵਿੱਚ ਬੈਠਣਾ ਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਹੋਏ ਨੇ। ਫਿਰ ਉਹ ਮੰਨ ਗਿਆ ਬੰਦਾ, ਉਹ ਕਹਿੰਦਾ ਚਲੋ ਮੈਂ ਆਪਣਾ ਹਿੱਸਾ ਤੁਹਾਨੂੰ ਦਿੰਦਾ ਹਾਂ 50 ਮੁਰਾਂ ਦੇ ਬਦਲੇ। ਫਿਰ ਪਾਤਸ਼ਾਹ ਅਤੇ ਸਾਰੇ ਸਿੰਘਾਂ ਨੇ ਕੱਚੀ ਗੜੀ ਦੇ ਵਿੱਚ ਆਪਣਾ ਠਿਕਾਣਾ ਕਰ ਲਿਆ ਸੀ ਜੀ। ਇਸ ਜਗ੍ਹਾ ਤੋਂ ਪਾਤਸ਼ਾਹ ਗਏ ਸਨ ਜੀ। ਧਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰੱਖਿਆ ਜਨਕੀ ਆਪ, ਤਰਨ ਤਾਰਨ ਹਰ ਨਿਦ, ਦੁੱਖ ਨਾ ਸਕੈ ਵਿਆਪ। ਇਹ ਬਣਿਆ ਹੋਇਆ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜੀ, ਪਵਿੱਤਰ ਸਰੋਵਰ ਸਾਹਿਬ ਜੀ। ਆਪਾਂ ਇਸ ਸਥਾਨ ਦੇ ਦਰਸ਼ਨ ਕਰ ਲਏ ਨੇ ਜੀ, ਹੁਣ ਆ ਜਾਓ ਆਪਾਂ ਹੁਣ ਚੱਲਦੇ ਹਾਂ ਜੀ ਉਸ ਕੱਚੀ ਗੜੀ ਵੱਲ ਨੂੰ ਜੀ।
गुरद्वारा दमदमा साहिब दे विच जदों राय जगत सिंह अते उहदे भरा रूप चंद नाल पातशाह दी गल मुक गई, कच्ची गढ़ी देण नूं मन गए, उह फिर पातशाह गुरद्वारा श्री गढ़ी साहिब जदों उदों कच्ची गढ़ी हुंदी सी इस अस्थान दे उत्ते पातशाह आए सन जी। आज आपां इस अस्थान दे दर्शन करदे हां जी, गुरद्वारा गढ़ी साहिब दे जी। इस जगह दे उत्ते फिर सिंघां ने डेरे ला ले सन जी। इस जगह दे उत्तों पातशाह जथियां दे रूप दे विच पंज पंज सिंघां नूं थल्ले जिथे युद्ध का मैदान सीगा गुरद्वारा कतलगढ़ साहिब बनया होया उस जगह के उत्ते भेजते सन। मुगलों ने इस गढ़ी नूं घेरा पा लिया सी जी। आ जाओ आपां इस स्थान के दर्शन करते हैं जी। ये सोहना उच्चा निशान साहिब झूलता होया जी। अज बस्त्र की सेवा हो रही है निशान साहिब दे जी। कार सेवा गुरद्वारा श्री कच्ची गढ़ी साहिब नूं पुरातन दिख दित्ती जा रही है जी। गढ़ी नूं दुबारा उही दिख दित्ती जा रही है जी। जिवें पहलां सीगी ना, पहलां कच्ची हुंदी सी। इस पासे जी खालसे वालां वल्लों लंगर चलाया जांदा, लंगर प्रशादा तुसीं लोड़ अनुसार उरे प्रशादा पाणी छक सकदे हो जी। इह आ लंगर हाल जी। इस गढ़ी साहिब दे आपां दर्शन कीते ने जी। इस गढ़ी साहिब तों पंज पंज सिंघां दा जथा इस जगह दे उत्ते, इह सी उदों युद्ध दा मैदान जी। इस जगह दे उत्ते युद्ध हुंदा सीगा जी। तकरीबन 10 लाख मुगलां दी फौज ने घेरा पाया सी चमकौर दी गढ़ी नूं, ते इस जगह दे उत्ते युद्ध हुंदा सीगा जी। गुरु जी दे दो वड्डे साहिबजादे अते पंज प्यारिआं दे विच्चों तिन्न प्यारे इस जगह दे उत्ते शहीद होए सन जी। इस जगह दे उत्ते हुण गुरद्वारा कतलगढ़ साहिब शोभित जी बनिया होया आ। आपां इस स्थान दे भी दर्शन करदे हां जी। ये उच्ची बनी हुई सी जी, ये गढ़ी गुरद्वारा कच्ची गढ़ी साहिब जी। चलदे आपां थले नूं जी, इस स्थान दे भी दर्शन करदे हां जी। चल के थले नूं आ गए जी। आप गुरद्वारा श्री कतलगढ़ साहिब विखे जी। उदों यह युद्ध का मैदान हुंदा सी, इहदे विच युद्ध चलदा सी उदों जी। तो उपरों पंज पंज सिंघां दा जत्था आ के थले इस जगह के उत्ते युद्ध करदा सी। इस जगह के उत्ते दो वड्डे साहिबजादियां ने, पातशाह दे वड्डे साहिबजादियां ने शहीदियां पाईआं सन, ते पंज प्यारिआं दे विच्चों तिन्न प्यारिआं ने भी इस स्थान के उत्ते शहीदी पाई सी जी। ये बनया हुआ गुरद्वारा साहब दे बार जी जोड़ा घर। इत्थे जोड़ा उतार के आप करते हैं जी इस स्थान के दर्शन जी। बस एक हिंद में तीर्थ है यात्रा के लिए, कटाए बाप ने बच्चे जहां
खुदा के लिए। चलते हैं अंदरों जी, इस स्थान के दर्शन करते हैं जी। इस जगह के उत्तों कड़ा प्रसाद ले सकते हैं अपना जी। सोहना उच्चा निशान साहिब झूलदा होया जी अज उस जगह के उत्ते जी, जिस जगह के उत्ते कुरबानियां हुई सन जी। तनासरी महला पंजवां, तुम दाते ठाकुर प्रतिपालक नायक खसम हमारे, निमख निमख तुम ही प्रतिपाल हो, हम बारक तुमरे तारे। जी गढ़ी साहिब की पुरानी तस्वीर जी, ये ना गुरद्वारा साहिब दे विच, गुरद्वारा कतलगढ़ साहिब दे विच ना बौली बनी हुई आ, पुरातन बौली आ। ये सन 1831 संमत 1888 दे विच इहदी उसारी कीती गई सी जी। उदों पानी दे बहुते सोमे हुंदे नहीं सी, पातशाह लोग बौलियां दा निर्माण करवाया गया सीगा जी। तो ये बौली आ जी, आ जाओ इस नूं देखते हैं चल के जी अंदरों। ये है जी पवित्र बौली, बौली बनाउण दा पातशाह दा एक मकसद ये सी, सांझी वालता दा उपदेश दिंदे सी पातशाह भी कोई भी आवे इस जगह तो पानी पी सकदा आ, सरोवर बनाए सी वे इशनान कर सकदा आ। जात पात दे कोड़ नूं पातशाह ने खत्म कीता सीगा जी। ये है जी पवित्र बौली। Thank you.
ਇਹ ਹੈ ਜੀ ਲੰਗਰ ਹਾਲ। ਇੱਥੋਂ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਉਹ ਦੇਖੋ ਗੜੀ ਨਾ ਉਸ ਟਾਈਮ ਉੱਚੀ ਸੀਗੀ ਅਤੇ ਆਹ ਸਥਾਨ ਸੀਗਾ ਬਹੁਤ ਨੀਵਾਂ। ਇਸ ਜਗ੍ਹਾ ਦੇ ਉੱਤੇ ਯੁੱਧ ਹੁੰਦਾ ਸੀਗਾ ਜੀ। ਉੱਪਰੋਂ ਆਉਂਦੀਆਂ ਹੁੰਦੀਆਂ ਸੀਗੀਆਂ ਫੌਜਾਂ ਗੁਰੂ ਦੀਆਂ ਅਤੇ ਥੱਲੇ ਆ ਕੇ ਯੁੱਧ ਕਰਦੀਆਂ ਸੀਗੀਆਂ ਜੀ। ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਜੀ ਜ਼ਰੂਰ ਇਸ ਸਥਾਨ ਦੇ ਉੱਤੇ ਆਓ ਜੀ, ਦਰਸ਼ਨ ਕਰਾਓ ਜੀ। ਬਹੁਤ ਵੱਡਾ ਇਤਿਹਾਸ ਆ ਆਪਣਾ, ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਜੀ। ਬਹੁਤ ਵੱਡੀ ਕੁਰਬਾਨੀ ਕੀਤੀ ਆ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀ। ਜ਼ਰੂਰ ਆਇਆ ਕਰੋ ਜੀ, ਇਹਨਾਂ ਸਥਾਨਾਂ ਦੇ ਦਰਸ਼ਨ ਕਰਿਆ ਕਰੋ, ਇਤਿਹਾਸ ਦੱਸਿਆ ਕਰੋ ਬੱਚਿਆਂ ਨੂੰ। ਇਸ ਸੀਰੀਜ਼ ਦੇ ਪਹਿਲੇ ਭਾਗ ਨੂੰ ਇੱਥੇ ਕਰਦੇ ਹਾਂ ਸਮਾਪਤ ਜੀ। ਸਾਡੇ ਨਾਲ ਪੂਰੀ ਸੀਰੀਜ਼ ਵਿੱਚ ਬਣੇ ਰਹੋ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਦਬਣਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।